ਦੋਸਤੋ ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਜੇ ਪ੍ਰਦੂਸ਼ਣ ਸਰਟੀਫਿਕੇਟ ਆਪਣੇ ਕੋਲ ਨਾ ਆਪਣੇ ਵਹੀਕਲ ਦਾ ਕੋਈ ਪ੍ਰਦੂਸ਼ਣ ਸਰਟੀਫਿਕੇਟ ਨਹੀਂ ਬਣਿਆ ਤਾਂ ਮੈਂ 200 ਜਾਂ 250 ਦਾ ਚਲਾਨ ਕੱਟਿਆ ਜਾਂਦਾ ਸੀ। ਪਰ ਨਵੀਂ ਜਿਹੜੀ ਚਲਾਨ ਰੇਟ ਲਿਸਟ ਅਕੋਰਡਿੰਗ ਹੁਣ ਜੇ ਪ੍ਰਦੂਸ਼ਣ ਸਰਟੀਫਿਕੇਟ ਵਹੀਕਲ ਦਾ ਨਹੀਂ ਹੁੰਦਾ ਤਾਂ 2,000 ਰੁਪਏ ਦਾ ਚਲਾਨ ਕੱਟਿਆ ਜਾਂਦਾ ਹੈ। ਦੋਸਤੋ ਜਿਹੜੀ ਨਿਊ ਚਲਾਨ ਰੇਟ ਲਿਸਟ ਹੈ ਉਸ ਦੀ ਮੈਂ ਵੀਡੀਓ ਬਣਾ ਚੁੱਕਾ ਹਾਂ, ਉੱਪਰ ਤੁਹਾਨੂੰ ਆਈ ਬਟਨ 'ਤੇ ਮਿਲ ਜਾਵੇਗੀ। ਜੇ ਤੁਸੀਂ ਦੇਖਣਾ ਚਾਹੋ ਤਾਂ ਉੱਥੇ ਜਾ ਕੇ ਜਿਹੜੀ ਰੇਟ ਲਿਸਟ ਹੈ ਉਹ ਚੈੱਕ ਕਰ ਸਕਦੇ ਹੋ। ਅਤੇ ਦੋਸਤੋ ਇਸ ਲਈ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਵਾਹਨ ਦਾ ਪ੍ਰਦੂਸ਼ਣ ਸਰਟੀਫਿਕੇਟ ਕਿਵੇਂ ਬਣਾ ਸਕਦੇ ਹਾਂ, ਜੇ ਸਰਟੀਫਿਕੇਟ ਤੁਹਾਡਾ ਖੋ ਗਿਆ ਹੈ ਤਾਂ ਉਸਦਾ ਆਪਾਂ ਫਿਰ ਤੋਂ ਰਿਕਵਰ ਕਿਵੇਂ ਕਰ ਸਕਦੇ ਹਾਂ, ਅਤੇ ਆਪਣੇ ਮੋਬਾਈਲ 'ਤੇ ਨਵਾਂ ਸਰਟੀਫਿਕੇਟ ਡਾਊਨਲੋਡ ਕਿਵੇਂ ਕਰ ਸਕਦੇ ਹਾਂ, ਅਤੇ ਇਸ ਤੋਂ ਇਲਾਵਾ ਗੱਲ ਕਰਾਂਗੇ ਆਪਾਂ ਪ੍ਰਦੂਸ਼ਣ ਲਈ ਨਵਾਂ ਸਰਟੀਫਿਕੇਟ ਅਪਲਾਈ ਕਿਵੇਂ ਕਰ ਸਕਦੇ ਹਾਂ। ਕਿਉਂਕਿ ਦੋਸਤੋ ਜ਼ਿਆਦਾ ਟਾਈਮ ਵੇਸਟ ਨਾ ਕਰ ਦਿਓ, ਜੇ ਵੀਡੀਓ ਬੈਨੀਫਿਸ਼ੀਅਲ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਲਓ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ। ਦੋਸਤੋ ਕਰਨਾ ਕੀ ਹੈ, ਸਭ ਤੋਂ ਪਹਿਲਾਂ ਆਪਾਂ ਆਪਣੇ ਮੋਬਾਈਲ ਦੇ ਬਰਾਊਜ਼ਰ ਵੀ ਜਾਣਾ ਹੈ ਅਤੇ ਉੱਥੇ ਸਰਚ ਕਰਨਾ ਆਪਾਂ ਨੂੰ parivahan.gov.in। ਸਰਚ ਕਰਨ ਤੋਂ ਬਾਅਦ ਜਿਹੜਾ ਫਸਟ ਲਿੰਕ ਆਪਾਂ ਨੂੰ ਸ਼ੋ ਕਰ ਰਿਹਾ ਹੋਵੇਗਾ ਆਪਾਂ ਉਸ 'ਤੇ ਕਲਿੱਕ ਕਰ ਲਾਂਗੇ। ਇਹ ਕਲਿੱਕ ਕਰਨ ਤੋਂ ਬਾਅਦ ਦੋਸਤੋ ਇਹਨਾਂ ਦੀ ਆਪਸ਼ਨ ਵੈਬਸਾਈਟ ਹੈ ਜਿਹੜੀ ਆਪਣੇ ਸਾਹਮਣੇ ਓਪਨ ਹੋ ਜਾਂਦੀ ਹੈ। ਇਸ ਤੋਂ ਬਾਅਦ ਕਰਨਾ ਕੀ ਹੈ, ਆਪਾਂ ਸੈਕਿੰਡ ਨੰਬਰ 'ਤੇ ਆਪਾਂ ਚੈੱਕ ਕਰਾਂਗੇ ਔਨਲਾਈਨ ਸਰਵਿਸ ਦਾ ਆਪਸ਼ਨ ਆਪਾਂ ਨੂੰ ਮਿਲ ਜਾਂਦਾ ਹੈ, ਅਤੇ ਜਦੋਂ ਆਪਾਂ ਇਸ 'ਤੇ ਕਲਿੱਕ ਕਰਦੇ ਹਾਂ ਤਾਂ ਇੱਕ ਲਿਸਟ ਖੁੱਲ੍ਹ ਜਾਂਦੀ ਹੈ ਅਤੇ ਲਿਸਟ ਵਿੱਚ ਆਪਾਂ ਨੀਚੇ ਚੈੱਕ ਕਰਾਂਗੇ PUCC ਦਾ ਆਪਸ਼ਨ ਆਪਾਂ ਨੂੰ ਸ਼ੋ ਕਰ ਰਿਹਾ ਹੈਗਾ। ਇਸ 'ਤੇ ਆਪਾਂ ਕਲਿੱਕ ਕਰਨ ਤੋਂ ਬਾਅਦ ਜਿਹੜਾ ਇਸ ਤਰ੍ਹਾਂ ਦਾ ਪੇਜ ਆਪਣੇ ਸਾਹਮਣੇ ਓਪਨ ਹੋ ਜਾਂਦਾ। ਇਸ ਤੋਂ ਬਾਅਦ ਆਪਾਂ ਇਸ ਨੂੰ ਕੱਟ ਕਰਕੇ ਅੱਗੇ ਚੱਲਾਂਗੇ, ਅਤੇ ਇੱਥੇ ਆਪਾਂ ਸਭ ਤੋਂ ਪਹਿਲਾਂ ਜੇ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਤੁਹਾਡਾ ਸਰਟੀਫਿਕੇਟ ਨਵਾਂ ਡਾਊਨਲੋਡ ਕਰਨਾ ਹੈ, ਮਤਲਬ ਜਿਹੜਾ ਖੋ ਗਿਆ ਸੀ ਉਹ ਡਾਊਨਲੋਡ ਕਰਨ ਦਾ PUC ਸਰਟੀਫਿਕੇਟ 'ਤੇ ਆਪਾਂ ਕਲਿੱਕ ਕਰਾਂਗੇ। ਕਲਿੱਕ ਕਰਨ ਤੋਂ ਬਾਅਦ ਇੱਥੇ ਆਪਾਂ ਥੋੜ੍ਹਾ ਜਿਹਾ ਆਪਣਾ ਰਜਿਸਟ੍ਰੇਸ਼ਨ ਨੰਬਰ ਭਰਨਾ ਹੈ, 86 ਨੰਬਰ ਭਰਨਾ ਹੈ, ਅਤੇ ਜਿਹੜਾ ਵੀ ਕੈਪਚਾ ਇੱਥੇ ਲਿਖਿਆ ਹੈ ਆਹ ਸੇਮ ਆਪਾਂ ਇੱਥੇ ਫਿਲ ਕਰਕੇ PUC ਡਿਟੇਲ 'ਤੇ ਕਲਿੱਕ ਕਰ ਦਾਂਗੇ। ਇਸ ਤਰ੍ਹਾਂ ਇਸ ਤੋਂ ਬਾਅਦ ਦੋਸਤੋ ਤੁਹਾਡੇ ਸਾਹਮਣੇ ਜਿਹੜਾ ਸਰਟੀਫਿਕੇਟ ਦੀ ਫੋਟੋ ਬਿਲਕੁਲ ਸਾਹਮਣੇ ਆ ਜਾਵੇਗੀ ਅਤੇ ਇੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ। ਅਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਜਿਹੜਾ ਪ੍ਰਦੂਸ਼ਣ ਨਵਾਂ ਸਰਟੀਫਿਕੇਟ ਆ ਉਹ ਕਿਵੇਂ ਬਣਵਾ ਸਕਦੇ ਹਾਂ। ਦੋਸਤੋ ਇਹ ਬਣਵਾਉਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਨੇੜੇ ਦੇ ਪ੍ਰਦੂਸ਼ਣ ਜਾਂਚ ਪੁਆਇੰਟ ਉੱਤੇ ਜਾਣਾ ਪਵੇਗਾ। ਦੋਸਤੋ ਨੋਰਮਲੀ ਪੈਟਰੋਲ ਪੰਪ ਦੇ ਨਾਲ ਜਾਂ ਇਸਦਾ ਕੋਈ ਅਲੱਗ ਸਟੇਸ਼ਨ ਦਿੱਤਾ ਹੁੰਦਾ ਹੈ, ਜਿਸ ਦੀ ਜਾਣਕਾਰੀ ਵੀ ਤੁਹਾਨੂੰ ਦੇਵਾਂਗਾ ਕਿ ਤੁਸੀਂ ਕਿਵੇਂ ਚੈੱਕ ਕਿਵੇਂ ਫਾਇੰਡ ਕਰ ਸਕਦੇ ਹੋ ਕਿ ਨੇੜੇ ਆਪਣੇ ਮੇਰੇ ਸਭ ਤੋਂ ਨੇੜੇ ਦਾ ਜਿਹੜਾ ਪ੍ਰਦੂਸ਼ਣ ਜਾਂਚ ਕੇਂਦਰ ਆ ਉਹ ਕਿੱਥੇ ਆ। ਕਿਉਂਕਿ ਦੋਸਤੋ ਬਟ ਤੁਸੀਂ ਜੇ ਚਲੇ ਜਾਂਦੇ ਹੋ ਉਸ 'ਤੇ, ਅਤੇ ਜੇ ਤੁਹਾਡੀ ਬਾਈਕ ਦਾ ਪੋਲਿਊਸ਼ਨ ਸਰਟੀਫਿਕੇਟ ਬਣਾਉਣਾ ਤਾਂ ਇਸਦੇ ਸਿਰਫ 50 ਰੁਪਏ ਲੱਗਦੇ ਨੇ, ਅਤੇ ਜੇ ਕਾਰ ਦਾ ਸਰਟੀਫਿਕੇਟ ਬਣਾਉਣਾ ਹੈ ਤਾਂ ਇਸਦੇ 100 ਰੁਪਏ ਲੱਗਦੇ ਨੇ। ਹੁੰਦਾ ਕਿ ਦੋਸਤੋ ਤੁਹਾਡਾ ਜਿਹੜੀ ਬਾਈਕ ਦਾ ਜਾਂ ਵਹੀਕਲ ਦਾ ਪੋਲਿਊਸ਼ਨ ਟੈਸਟ ਕਰਨ ਤੋਂ ਬਾਅਦ ਉਹਦੀ ਫੋਟੋ ਕਲਿੱਕ ਕੀਤੀ ਜਾਂਦੀ ਹੈ ਤੁਹਾਡੇ ਵਹੀਕਲ ਦੀ, ਅਤੇ ਤੁਹਾਡਾ ਮੋਬਾਈਲ ਨੰਬਰ ਰਜਿਸਟਰ ਕੀਤਾ ਜਾਂਦਾ ਹੈ, ਅਤੇ ਜਿਸ 'ਤੇ ਇੱਕ OTP ਆਉਂਦਾ ਹੈ, ਅਤੇ ਥੋੜ੍ਹਾ ਟਾਈਮ ਬਾਅਦ ਤੁਹਾਨੂੰ ਜਿਹੜਾ ਪ੍ਰਦੂਸ਼ਣ ਸਰਟੀਫਿਕੇਟ ਮਿਲ ਜਾਂਦਾ ਹੈ। ਅਤੇ ਦੋਸਤੋ ਹੁਣ ਗੱਲ ਕਰਦੇ ਹਾਂ ਕਿ ਤੁਸੀਂ ਆਪਣੇ ਨੇੜੇ ਦਾ ਜਿਹੜਾ ਵੀ ਪ੍ਰਦੂਸ਼ਣ ਜਾਂਚ ਕੇਂਦਰ ਨੇ ਉਹ ਕਿਵੇਂ ਸਰਚ ਕਰ ਸਕਦੇ ਹੋ। ਤਾਂ ਇਹ ਚੈੱਕ ਕਰਨ ਲਈ ਦੋਸਤੋ ਸਾਨੂੰ ਆਪਾਂ ਨੂੰ ਫਿਰ ਤੋਂ ਉਹਨਾਂ ਦੀ ਆਫਿਸ਼ੀਅਲ ਵੈਬਸਾਈਟ ਉੱਪਰ ਆਉਣਾ ਪਵੇਗਾ, ਅਤੇ ਉਹੀ ਪੇਜ 'ਤੇ ਆਪਾਂ ਸਾਹਮਣੇ ਆ ਜਾਵਾਂਗੇ। ਇੱਥੇ ਆਪਾਂ ਚੈੱਕ ਕਰ ਸਕਦੇ ਹਾਂ PUC ਸੈਂਟਰ ਲਿਸਟ 'ਤੇ ਆਪਾਂ ਕਲਿੱਕ ਕਰਾਂਗੇ ਜਦੋਂ। ਤਾਂ ਦੋਸਤੋ ਇਸ ਤਰ੍ਹਾਂ ਦਾ ਪੇਜ ਜਿਹੜਾ ਆਪਣੇ ਸਾਹਮਣੇ ਓਪਨ ਹੋ ਜਾਂਦਾ। ਆਪਾਂ ਹੁਣ ਕਰਨਾ ਕੀ ਹੈ, ਸਭ ਤੋਂ ਪਹਿਲਾਂ ਆਪਾਂ ਇੱਥੇ ਸਟੇਟ ਸਿਲੈਕਟ ਕਰ ਲਾਂਗੇ ਆਪਣੀ, ਅਤੇ ਉਸ ਤੋਂ ਬਾਅਦ ਆਪਣਾ ਜਿਹੜਾ ਏਰੀਆ ਹੈ, ਆਪਾਂ ਜਿਹੜਾ ਏਰੀਆ RTO ਆਫਿਸ ਨੇੜੇ ਲੱਗਦਾ ਹੈ, ਇਗਜ਼ਾਮਪਲ ਦੇ ਤੌਰ 'ਤੇ ਮੇਰਾ ਜਿਹੜਾ ਨੇੜੇ ਏਰੀਆ ਲੱਗਦਾ ਉਹ ਬਠਿੰਡਾ RTA ਹੈ, ਮੈਂ ਉਹ ਸਿਲੈਕਟ ਕਰ ਲਿਆ। ਇਸ ਤੋਂ ਬਾਅਦ ਜਿਹੜੀ ਵੀ ਇਸ ਏਰੀਏ ਵਿੱਚ ਪੋਲਿਊਸ਼ਨ ਸੈਂਟਰ ਨੇ, ਮਤਲਬ ਕਿ ਪੋਲਿਊਸ਼ਨ ਜਾਂਚ ਕੇਂਦਰ ਨੇ, ਉਹਨਾਂ ਦੀ ਸਾਰੇ ਡਿਟੇਲ ਇੱਥੇ ਆ ਚੁੱਕੀ ਹੈ। ਇਹਨਾਂ ਵਿੱਚ ਤੁਸੀਂ ਐਡਰੈਸ ਚੈੱਕ ਕਰ ਸਕਦੇ ਹੋ ਅਤੇ ਆਪਣਾ ਪੋਲਿਊਸ਼ਨ ਸਰਟੀਫਿਕੇਟ ਹੈ ਜਿਹੜਾ ਉਹ ਬਣਵਾ ਸਕਦੇ ਹੋ। ਕਿਉਂਕਿ ਦੋਸਤੋ ਜੇ ਵੀਡੀਓ ਬੈਨੀਫਿਸ਼ੀਅਲ ਲੱਗੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ, ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈ।